ਜਿੱਥੇ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਸਿਪਾਹੀ ਨੇ ਉੱਥੇ ਨਦ ਨਿੰਮ ਤੋਂ ਬਾਰੇ ਰੋਜ਼ਾਨਾ 101 ਜਪਜੀ ਸਾਹਿਬ ਦਾ ਜਾਪ ਕਰਨ ਵਾਲੇ ਤੇ ਜੇ ਬਾਬੇ ਨਾਨਕ ਨੂੰ ਪੁੱਛੀਏ ਤੇ ਬਾਬਾ ਨਾਨਕ ਕਹਿੰਦਾ ਕਿ ਜਿਹੜਾ ਜਪਜੀ ਸਾਹਿਬ ਦਾ ਇੱਕ ਜਾਪ ਰੋਜ਼ਾਨਾ ਕਰਦਾ ਮੈਂ ਉਹਦੀ ਕਦੇ ਵੀ ਬਾਹ ਨਹੀਂ ਛੱਡਦਾ ਤੇ ਉਸ ਮਹਾਨ ਸੰਤ ਦੀ ਕਮਾਈ ਨੂੰ ਵੇਖੋ ਉਹਦੀ ਭਗਤੀ ਨੂੰ ਵੇਖੀਏ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਵਸਤਾ ਹਰ ਕਾ ਸੇਵਕ ਹਰ ਹੀ ਜਿਹਾ ਆ ਤੱਕਿਓ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਿਹੜੇ ਉਸ ਸਮੇਂ ਸਾਡੇ ਬਹੁਤੇ ਬਜ਼ੁਰਗਾਂ ਨੂੰ ਅੱਤਵਾਦੀ ਲੱਗੇ ਅੱਜ ਵੀ ਦੁਆਬੇ ਦੇ ਵਿੱਚ ਕਈ ਹੈਗੇ ਨੇ ਛੋਟੀ ਮੱਤ ਵਾਲੇ ਲੋਕ ਅਜੇ ਵੀ ਮਹਾਂਪੁਰਖਾਂ ਨੂੰ ਵੱਖਵਾਦੀ ਕਹਿੰਦੇ ਅਜੇ ਵੀ ਖਾੜਕੂ ਕਹੀ ਜਾਂਦੇ ਜੀ ਪਿੰਡਰਾਂ ਵਾਲੇ ਨੇ ਪੁੱਤ ਮਰਵਾ ਦਿੱਤੇ ਤੇ ਅੱਜ ਧਿਆਨ ਦਿਓ ਜੇ ਕਿਤੇ ਮਹਾਂਪੁਰਖਾਂ ਦੀ ਉਦੋਂ ਮੰਨੀ ਹੁੰਦੀ ਨਾ ਅੱਜ ਦਿੱਲੀ ਦੀਆਂ ਸੜਕਾਂ 'ਤੇ ਉਤਰਨਾ ਨਹੀਂ ਸੀ ਪੈਣਾ ਉਸ ਬਾਬੇ ਨੇ ਕੀ ਆਖਿਆ ਸੀ ਕਿਸਾਨਾਂ ਨੂੰ ਕਿਹਾ ਸੀ ਕਿ ਜੇ ਕਿਸਾਨ ਆਪਣੀ ਮਰਜ਼ੀ ਨਾਲ ਫਸਲ ਬੀਜਦਾ ਉਹਨੂੰ ਪਰ ਆਪਣੇ ਰੇਟ ਦੇ ਨਾਲ ਵੇਚਣ ਦਾ ਹੱਕ ਹੋਣਾ ਚਾਹੀਦਾ ਫਿਰ ਕਿਸਾਨਾਂ ਨੂੰ ਕੀ ਆਖਿਆ ਸੀ ਭਾਈ ਸਾਰੇ ਜਾਣੇ ਕੁੜ ਸੰਮਿਲੇ ਗੁਰਮਤਾ ਕਰ ਲਵੋ ਇਹ ਜਿਹੜਾ ਅਨਾਜ ਹੈ ਇਹ ਜਿੰਨਾ ਕੁ ਤੁਹਾਡੇ ਪਰਿਵਾਰ ਨੂੰ ਜਾਂ ਪਿੰਡ ਦੇ ਲੋਕਾਂ ਨੂੰ ਚਾਹੀਦਾ ਉਹਨਾਂ ਕੁ ਆਪਣੇ ਜੋਗਾ ਬੀਜੋ ਵੱਢੋ ਤੇ ਖਾਵੋ ਤੇ ਕੁਝ ਸਮਾਂ ਸਰਕਾਰ ਨੂੰ ਇਹ ਅੰਨ ਨਾ ਦੇਵੋ ਇਹ ਪਰ ਇਹਨਾਂ ਸਰਕਾਰਾਂ ਨੂੰ ਸਾਡੇ ਅੱਗੇ ਨੀਵਾਂ ਹੋਣਾ ਪਵੇਗਾ ਫਿਰ ਇਹ ਪੁੱਛਣਗੀਆਂ ਕਿ ਤੁਸੀਂ ਕਿੰਨੇ ਰੇਟ ਨੂੰ ਦੇਣੀ ਹੈ ਉਹਨੇ ਨੂੰ ਦੇ ਦਿਓ ਤੇ ਸਹੀ ਪਰ ਉਦੋਂ ਜੀ ਕਹਿ ਦਿੱਤਾ ਜੀ ਪਿੰਡਰਾਮ ਵਾਲੇ ਨੇ ਤਾਂ ਹੱਥ ਚੁੱਕ ਦਿੱਤੀ ਇਹ ਤਾਂ ਗਰਮ ਖਿਆਲੀ ਹੈ ਇਹਨੇ ਤਾਂ ਜੀ ਲੋਕ ਮਰਵਾ ਦੇਣੇ ਨੇ ਉਹੀ ਬਾਬਾ ਹੈ ਜਿਹੜਾ ਸਰਕਾਰ ਨੂੰ ਕਹਿੰਦਾ ਸੀ ਪੰਜਾਬ ਦੇ ਮਸਲੇ ਜਨਸ ਦੇ ਮਸਲੇ ਕਿਸਾਨਾਂ ਦੇ ਮਸਲੇ ਪੰਜਾਬ ਦੇ ਪਾਣੀਆਂ ਦੀ ਮੰਗ ਫਿਰ ਅਨੰਦਪੁਰ ਸਾਹਿਬ ਵਾਲਾ ਮਤਾ ਅੱਗੇ ਆਇਆ ਤੇ ਜੇ ਗੁਰੂ ਕਲਗੀਧਰ ਪਾਤਸ਼ਾਹ ਤੋਂ ਪੁੱਛੀਏ ਨਾ ਮਹਾਰਾਜ ਕਹਿੰਦੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ।